ਸਵਾਗਤ ਕਰਦੇ ਜੀ ਅੱਜਕੱਲ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਨਾਮ ਕਮਾਉਂਦੇ ਹੋਏ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਫਿਰੋਜ਼ ਗਾਂਧੀ ਤੇ ਇੰਦਰਾ ਗਾਂਧੀ ਦੇ ਪੋਤੇ ਯਾਨੀ ਕਿ ਸੋਨੀਆ ਗਾਂਧੀ ਤੇ ਰਾਜੀਵ ਗਾਂਧੀ ਦੇ بیٹے ਰਾਹੁਲ ਗਾਂਧੀ ਦਾ ਜਨਮ 19 ਜੂਨ 1970 ਦੇ ਵਿੱਚ ਹੋਇਆ ਸੀ ਹਾਲਾਂਕਿ ਸਿਆਸਤ ਦੇ ਵਿੱਚ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਇਸ ਕਰਕੇ ਵੀ ਇਹ ਜਨਾਬ ਰਹਿੰਦੇ ਨੇ ਕਿਉਂਕਿ ਆਪਣੇ ਦਿੱਤੇ ਹੋਏ ਬਿਆਨ ਜਾਂ ਫਿਰ ਇਹਨਾਂ ਦਾ ਜੋ ਸਿਆਸੀ ਸਟੰਟ ਹੁੰਦਾ ਹੈ ਜਾਂ ਫਿਰ ਕਾਂਗਰਸ ਦੇ ਉਤਾਰ ਚੜਾਵ ਦੇ ਲਈ ਜੋ ਚੀਜ਼ਾਂ ਹੁੰਦੀਆਂ ਨੇ ਉਹਦੇ ਕਰਕੇ ਰਾਹੁਲ ਗਾਂਧੀ ਨੂੰ ਜਾਂ ਫਿਰ ਘੇਰੇ ਦੇ ਵਿੱਚ ਲਿਆ ਜਾਂਦਾ ਹੈ ਜਾਂ ਫਿਰ ਤਰਾਤਰਾ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਅੱਜ ਕੱਲ ਬਰਬਰੀ ਬ੍ਰਾਂਡ ਕਰਕੇ ਰਾਹੁਲ ਗਾਂਧੀ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਨੇ ਕਿਉਂਕਿ 41000 ਤੋਂ ਵੱਧ ਰੁਪਈਆਂ ਦੀ ਇਹਨਾਂ ਨੇ ਟੀ-ਸ਼ਰਟ ਪਾਈ ਹੈ ਦਰਅਸਲ ਜਨਾਬ ਅੱਜ ਕੱਲ ਭਾਰਤ ਜੁਰੋ ਯਾਤਰਾ ਤੇ ਚੱਲੇ ਹੋਏ ਨੇ ਭਾਰਤ ਜੜੋ ਯਾਤਰਾ ਕਾਫੀ ਵਧੀਆ ਚੱਲ ਰਹੀ ਹੈ ਕਾਫੀ ਜ਼ਿਆਦਾ ਵੱਡਾ ਇਕੱਠ ਦੇਖ ਰਿਹਾ ਚੰਨੀ ਤੋਂ ਲੈ ਕੇ ਰਾਜਾ ਵੜਿੰਗਤਾ ਕੋਥੇ ਪਹੁੰਚੇ ਤੇ ਦੱਖਣ ਭਾਰਤ ਦੇ ਵਿੱਚ ਉਹਨਾਂ ਨੇ ਬਾਖੂਬੀ ਸਾਥ ਦਿੱਤਾ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ 50 ਸਾਲ ਦੇ ਹੋ ਗਏ ਨੇ ਫਿਟਨੈਸ ਫਰੀਕ ਨੇ ਚੰਗਾ ਖਾਣਾ ਪੀਣਾ ਸਾਈਕਲਿੰਗ ਕਰਨਾ ਜੋਗਿੰਗ ਕਰਨਾ ਸਕੂਬਾ ਡਾਈਵਿੰਗ ਡਾਈਵਿੰਗ ਤੋਂ ਲੈ ਕੇ ਹਰ ਚੀਜ਼ ਕਰਨਾ ਉਹਨਾਂ ਦਾ ਸ਼ੌਂਕ ਹੈ ਤੇ ਇਟਲੀ ਡੋਸੇ ਤੋਂ ਲੈ ਕੇ ਉਹਨਾਂ ਨੂੰ ਹਾਲਾਂਕਿ ਫਰੂਟ ਸੈਲਡ ਤੋਂ ਲੈ ਕੇ ਹਰ ਇੱਕ ਚੀਜ਼ ਦਾ ਸ਼ੌਕ ਹੈ ਵੈਜ ਨਾਨ ਵੈਜ ਇਹ ਦੋਵੇਂ ਚੀਜ਼ਾਂ ਖਾਂਦੇ ਨੇ ਹੁਣ ਤੱਕ ਇਹ ਫਿੱਟ ਨਜ਼ਰ ਆ ਰਹੇ ਨੇ ਇਹੀ ਕਾਰਨ ਹੈ ਕਿ ਜਿਆਦਾ ਲੰਬੀ ਯਾਤਰਾ ਇਹਨਾਂ ਨੇ ਹੁਣ ਤੱਕ ਸਫਲ ਅੰਦਾਜ਼ ਦੇ ਵਿੱਚ ਮੁਕੰਮਲ ਕੀਤੀ ਹੈ ਪਰ ਭਾਜਪਾ ਨੇ ਇਹਨਾਂ ਨੂੰ ਰੱਜ ਕੇ ਘੇਰਿਆ ਉਹ ਵੀ ਇੱਕ ਟੀ-ਸ਼ਰਟ ਦੇ ਕਰਕੇ ਇੱਕ ਤਾਂ ਇਸ ਕਰਕੇ ਕਿਉਂਕਿ ਗਾਂਧੀ ਪਰਿਵਾਰ ਤੋਂ ਇਹ ਤਾਲੂਕ ਰੱਖਦੇ ਹੈ ਇਸ ਕਰਕੇ ਵੀ ਰਾਹੁਲ ਗਾਂਧੀ ਹਮੇਸ਼ਾ ਭਾਜਪਾ ਦੇ ਨਿਸ਼ਾਨੇ ਤੇ ਰਹਿੰਦੇ ਨੇ ਤੇ ਭਾਜਪਾ ਨੇ ਕਿਹੜੀ ਟੀ-ਸ਼ਰਟ ਨੂੰ ਲੈ ਕੇ ਫਿਲਹਾਲ ਨਿਸ਼ਾਨਾ ਸਾਧਿਆ ਹੈ ਤੇ ਫੈਕਟ ਨਿਊਜ਼ ਨੇ ਇਸ ਮੁੱਦੇ ਲੈ ਕੇ ਪੜਤਾਲ ਕੀਤੀ ਹੈ ਫੈਕਟ ਨਿਊਜ਼ ਨੇ ਜਾ ਕੇ ਖੁਦ ਰਿਐਲਿਟੀ ਚੈੱਕ ਕੀਤਾ ਹੈ ਕਿ ਆਖਰ ਵਾਕਈ ਬਰਬਰੇ ਬ੍ਰਾਂਡ ਹੈ ਕੀ ਆ ਤੇ ਕਿਵੇਂ ਇਸ ਸਿੰਪਲ ਸਫੇਦ ਰੰਗ ਦੀ ਚਿੱਟੇ ਰੰਗ ਦੀ ਜਿਹੜੀ ਸ਼ਰਟ ਹੈ ਇਹਦਾ ਰੰਗ ਇਹਦਾ ਜਿਹੜਾ ਪ੍ਰਾਈਸ ਹੈ ਵਾਕਈ 41000 ਰੁਪਏ ਦੇ ਕਰੀਬ ਹੈਗਾ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਟੀ-ਸ਼ਰਟ ਆਖਰ ਕਿੰਨੇ ਦੀ ਹੈ ਹਾਲਾਂਕਿ ਅਲੱਗ-ਅਲੱਗ ਸਾਈਡ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕੋਈ ਕਪੜਾ ਲੈਣਾ ਲੈਣ ਜਾਈਏ ਤਾਂ ਅਲੱਗ-ਅਲੱਗ ਸਾਈਡ ਤੇ ਪ੍ਰਾਈਸ ਅਲੱਗ ਹੁੰਦਾ ਹੈ ਪਰ ਅਸੀਂ ਜੋ ਪੜਤਾਲ ਕੀਤੀ ਹੈ ਅਸੀਂ ਜੋ ਫੈਕਟ ਚੈੱਕ ਕੀਤਾ ਹੈ ਉਸ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬ੍ਰਾਂਡ ਹੈ ਇਹ ਖਾਸਾ ਮਹਿੰਗਾ ਲੱਗਦਾ ਹੈ ਹਾਲਾਂਕਿ ਇੱਕ ਆਮ ਸਾਈਟ ਤੇ ਜਾ ਕੇ ਸੀ ਚੈੱਕ ਕੀਤਾ ਹੈ ਬਰਬਰੀ ਬ੍ਰਾਂਡ ਦੀ ਜਿਹੜੀ ਟੀ-ਸ਼ਰਟ ਹੈ 41738 ਰੁਪਏ ਦੀ ਇਹ ਪੈਂਦੀ ਹੈ ਪਰ ਭਾਜਪਾ ਦਾ ਉਹ ਪੋਸਟ ਵੀ ਤੁਹਾਨੂੰ ਦਿਖਾ ਦਿੰਨੇ ਆਂ ਭਾਜਪਾ ਦਾ ਪੋਸਟ ਵੀ ਤੁਸੀਂ ਦੇਖ ਲਿਓ ਇਹ ਹੋ ਸਕਦਾ ਹੈ ਬਰਬਰੀ ਬ੍ਰਾਂਡ ਦਾ ਜਿਹੜਾ オリジナル ਸਾਈਟ ਹੈ ਜਿਹੜੀ ਉਸ ਤੇ 41257 ਰੁਪਏ ਇੱਕ ਕੀਮਤ ਹੋਵੇ ਪਰ ਇਹ ਕੀਮਤ ਪੱਕੀ ਹੈ ਯਾਨੀ ਕਿ 41000 ਦੇ ਉੱਪਰ ਦੀ ਇਹਦੀ ਕੀਮਤ यदि है ही है और दूजे पास कांग्रेस की गल करिए कांग्रेस ने भी फिर पलटवार किया ही उन्होंने है कि अरे घबरा गए क्या भारत जोड़ो यात्रा में उमड़े जन सैलाब को देखकर मुद्दे की बात करो बेरोजगारी और महंगाई पर बोलो बाकी कपड़ों पर चर्चा करनी है तो मोदी जी के दस लाख के सूट और डेढ़ लाख के चश्मे की बात की जाए बताओ करनी है ਤੇ ਭਾਜਪਾ ਨੂੰ ਵਾਕਈ ਨਾ ਨੇ ਟੈਗ ਕੀਤਾ ਹੈ ਕਾਂਗਰਸ ਨੇ ਤੁਸੀਂ ਦੇ ਸਕਦੇ ਹੋ ਤੇ ਹਾਲਾਂਕਿ ਗੱਲ ਇੱਥੇ ਹੀ ਨਹੀਂ ਖਤਮ ਹੁੰਦੀ ਅਸੀਂ ਇਲਾਕੇ ਰਾਜਾ ਬੜਿੰਗ ਤੋਂ ਵੇਸ ਮੁਤਲਕ ਸਵਾਲ ਕੀਤਾ ਰਾਜਾ ਬੜਿੰਗ ਨੇ ਤਾਂ ਕਹਿ ਦਿੱਤਾ ਹੈ ਰਾਹੁਲ ਗਾਂਧੀ ਕੋ ਛੋਟੀ ਮੋਟੀ ਚੀਜ਼ ਨਹੀਂ ਹੈ ਕੋਈ ਅਰਾ ਗੈਰਾ ਨੱਥੂ ਖੈਰਾ ਨਹੀਂ ਹੈ ਰਾਜਾ ਬੜਿੰਗ ਦਾ ਪ੍ਰਤੀਕਰਮ ਕੀ ਸੀ ਇਹ ਵੀ ਤੁਸੀਂ ਸੁਣ ਲਓ ਰਾਹੁਲ ਗਾਂਧੀ ਕੋਈ 에ਰਾ ਗੈਰਾ ਨੱਥੂ ਗੈਰਾ ਨਹੀਂ ਹੈ ਕਿ ਉਹਨੇ ਇਥੋਂ ਚੱਕ ਕੇ ਕੋਈ ਟੀ-ਸ਼ਰਟ ਲੈ ਲਈ ਹੈ ਜਾਂ ਉਸ ਬੰਦੇ ਨੇ ਕੋਈ ਕ腐ਸ਼ਨ ਕਰ ਲਈ ਹੈ ਰਾਹੁਲ ਗਾਂਧੀ ਜੀ ਉਸ ਪਰਿਵਾਰ ਚੋਂ ਹੈ ਜਵਾਹਰ ਨਹਿਰੂ ਜੀ ਜਿਹੜੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀ ਉਸ ਪਰਿਵਾਰ ਤੋਂ ਉਸ ਵਿਅਕਤੀ ਨੇ ਇਹ ਸਭ ਕੁਝ ਸਿੱਖ ਕੇ ਉਹ ਖੂਨ ਹੈ ਇਹ ਜਿਹੜਾ ਨਿਰੰਤਰ ਦੇਸ਼ ਨੂੰ ਕਈ ਪ੍ਰਧਾਨ ਮੰਤਰੀ ਦਿੱਤੇ ਕੁਰਬਾਨੀਆਂ ਦਿੱਤੀਆਂ ਆਪਦੇ ਪਦ ਤਿਆਕੇ ਪ੍ਰਧਾਨ ਮੰਤਰੀ ਦੇ ਸੋ ਉਹਨਾਂ ਬਾਰੇ ਇਹੋ ਜੀਆਂ ਛੋਟੀਆਂ ਟਿੱਪਣੀਆਂ ਕਰਨਾ ਇਹ ਭਾਜਪਾ ਦੀ ਆਦਤ ਹੈ ਉਹ ਕਰਦੀ ਰਹਿੰਦੀ ਹੈ ਤੋ ਉਹਨਾਂ ਨੇ ਹਮੇਸ਼ਾ ਇਹ ਵੀ ਕਿਹਾ ਵੀ ਰਾਹੁਲ ਗਾਂਧੀ ਤਾਂ ਆਲਸੀ ਹੈ ਰਾਹੁਲ ਗਾਂਧੀ ਤਾਂ ਇਹ ਕਰ ਹੀ ਨਹੀਂ ਸਕਦਾ ਅਗਰ ਕਿਸੇ ਦੇਸ਼ ਤੇ ਹੋਰ ਵਿਅਕਤੀ ਚ ਹਿੰਮਤ ਹੈਗੀ ਐਡੀ ਵੱਡੀ ਯਾਤਰਾ ਕਰਨ ਦੀ ਤਾਂ ਆਵੇ ਸਾਹਮਣੇ ਹੁਣ ਦਰਅਸਲ ਗੱਲ ਤਾਂ ਹੈ ਕਿ 41000 ਦੀ ਕੋਈ ਆਮ ਤਾਂ ਬੰਦਾ ਪਾ ਨਹੀਂ ਸਕਦਾ 10 ਲੱਖ ਦਾ ਸੂਟ ਹੈ ਪ੍ਰਧਾਨ ਮੰਤਰੀ ਮੋਦੀ ਦਾ ਵੀ ਚਰਚਾਵਾ ਦੇ ਵਿੱਚ ਰਿਹਾ ਹੈ ਤੁਹਾਨਾਂ ਦਾ ਚਸ਼ਮਾ ਵੀ ਰਿਹਾ ਹੈ ਉਹ ਵੀ ਤੁਸੀਂ ਨਾਲ-ਨਾਲ ਤਸਵੀਰ ਦੇਖ ਲਓ ਇਹ 10 ਲੱਖ ਦਾ ਸੂਟ ਹੈ ਤੇ ਇਹ ਚਸ਼ਮਾ ਜਿਹੜਾ ਚਰਚਾਵਾ ਦੇ ਵਿੱਚ ਰਿਹਾ ਮੇ ਤਾਂ ਭਗਵੰਤ ਮਾਨ ਦਾ ਜੁੱਤਾ ਵੀ ਰਿਹਾ ਹੈ 3500 ڈالر ਦਾ ਜਿੰਨੂੰ ਲੈ ਕੇ ਭਗਵੰਤ ਮਾਨ ਨੇ ਵੀ ਸਖਤ ਲਹਿਜ਼ੇ ਦੇ ਵਿੱਚ ਜਵਾਬ ਦਿੱਤਾ ਹਾਲਾਂਕਿ ਮੁੱਖ ਮੰਤਰੀ ਆ ਪੰਜਾਬ ਦੇ ਚੰਗੀ ਕਮਾਈ ਕਰਦੇ ਆ ਸ਼ੌਕ ਹੁੰਦਾ ਹਰ ਕਿਸੇ ਦਾ ਪੰਜਾਬੀਆਂ ਨੂੰ ਸ਼ੌਕ ਹੀ ਹੁੰਦਾ ਤਾਂ ਠੀਕ ਹੈ ਲੈ ਲਿਆ ਤਾਂ ਕੀ ਪਰ ਪ੍ਰਧਾਨ ਮੰਤਰੀ ਮੋਦੀ ਦਾ ਜੜਾ ਇੱਕ ਸਟਾਰਟਅਪ ਸੀ ਕਿ ਚਾਹੇ ਵੇਚਣ ਵਾਲੇ ਤੋਂ ਲੈ ਕੇ ਇੱਕ ਪ੍ਰਧਾਨ ਮੰਤਰੀ ਤੱਕ ਦਾ ਜੋ ਸਟਰਗਲਿੰਗ ਪੀਰੀਅਡ ਰਿਹਾ ਹੈ ਜੋ ਇੱਕ ਦੌਰ ਰਿਹਾ ਉਸ ਨੂੰ ਲੈ ਕੇ ਲੋਕਾਂ ਨੇ ਟਰੋਲ ਕੀਤਾ ਤੇ ਕਾਂਗਰਸ ਨੇ ਹੀ ਇਸ ਚੀਜ਼ ਨੂੰ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਉਭਾਰਿਆ ਤੇ ਇਸ ਦਾ ਪ੍ਰਚਾਰ ਕੀਤਾ ਕਿ ਪ੍ਰਧਾਨ ਮੰਤਰੀ ਦਾ 10 ਲੱਖ ਦਾ ਸੂਟ ਚਸ਼ਮਾ ਤੇ ਉਸ ਤੋਂ ਬਾਅਦ ਫਿਰ ਬਾਰੀ ਆਈ ਇਹਦੀ ਭਾਜਪਾ ਦੀ ਤੇ ਭਾਜਪਾ ਨੇ ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਹਾਲਾਂਕਿ ਟ੍ਰੋਲ ਨਹੀਂ ਕਰਨਾ ਸੀ ਪਰ ਰਾਹੁਲ ਗਾਂਧੀ ਦਾ ਮੁੱਖ ਮਕਸਦ ਇਹ ਹੈ ਕਿ ਦੇਸ਼ ਦੇ ਵਿੱਚ ਮਹਿੰਗਾਈ ਦਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਇਹ ਭਾਰਤ ਜੋੜੋ ਯਾਤਰਾ ਦੇ ਵਿੱਚ ਨੌਜਵਾਨਾਂ ਦੇ ਨਾਲ ਰਲ ਕੇ ਖਾਸਾ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਕਰਕੇ ਇਹ ਤਮਾਮ ਚੀਜ਼ਾਂ ਲੈ ਕੇ ਭਾਜਪਾ ਦਾ ਵੀ ਜਿਹੜਾ ਆਈਟੀ ਵਿੰਗ ਹੈ ਉਹ ਕਾਫੀ ਜ਼ਿਆਦਾ ਸਰਗਰਮ ਹੈ ਕਹਤਾ ਇਹ ਵੀ ਜਾਣਦਾ ਹੈ ਕਿ ਰਾਹੁਲ ਗਾਂਧੀ ਇੱਕ ਹਾਲਾਂਕਿ ਤਸਵੀਰ ਨੂੰ ਵਾਇਰਲ ਕਰਨ ਦੇ ਲਈ 1.5 ਲੱਖ ਰੁਪਏ ਵੀ ਦਿੰਦੇ ਹੈਗੇ ਨੇ ਕਾਂਗਰਸ ਇਸ ਤਰ੍ਹਾਂ ਦਾ ਹੜਤਕੰਡਾ ਅਪਣਾ ਰਹੀ ਹੈ ਤੇ ਰਾਹੁਲ ਗਾਂਧੀ ਨੇ ਜਨਵਰੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਉਣਾ ਹੈ ਤੇ ਉਸ ਨੂੰ ਵੀ ਲੈ ਕੇ ਕਾਫੀ ਖਰਚਾ ਖਰਚਾ ਹੋਊਗਾ ਤੇ ਏਡੀ ਦੀ ਵੀ ਕਿਤੇ ਨਜ਼ਰ ਹੈ ਇਸ ਪੂਰੇ ਮਾਮਲੇ ਤੇ ਇਸ ਤਰ੍ਹਾਂ ਦੀ ਵੀ ਹਾਲਾਂਕਿ ਸੂਤਰ ਚੀਜ਼ਾਂ ਦੱਸ ਰਹੇ ਨੇ ਪਰ ਪੁਖਤਾ ਤੌਰ ਤੇ ਅਸੀਂ ਇਹ ਚੀਜ਼ਾਂ ਦਾ ਪ੍ਰਗਟਾਵਾ ਨਹੀਂ ਕਰ ਰਹੇ ਕਿਉਂਕਿ ਜਦੋਂ ਚੀਜ਼ਾਂ ਹਕੀਕਤ ਦੇ ਵਿੱਚ ਹੋਣਗੀਆਂ ਤਾਂ ਹੀ ਕੁਝ ਕਹਿ ਸਕਦੇ ਹਾਂ ਪਰ ਸੂਤਰ ਜੋ ਦੱਸ ਰਹੇ ਹਨ ਉਹ ਗੱਲ ਸਾਫ਼ ਤੌਰ ਤੇ ਮੈਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਰਾਹੁਲ ਗਾਂਧੀ ਦਾ ਇੱਕ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਪਿਛੋਕੜ ਵੀ ਦੱਸ ਦਿੰਨਾ ਹੈ ਕਿ ਗਾਂਧੀ ਪਰਿਵਾਰ ਤੋਂ ਤਾਂ ਹੈ ਇਸ ਕਰਕੇ ਕਾਫੀ ਜ਼ਿਆਦਾ ਫੇਮਸ ਹੈ ਪਰ ਕਿੰਨਾ ਅਮੀਰ ਹੈ ਰਾਹੁਲ ਗਾਂਧੀ ਇਹ ਵੀ ਤੁਸੀਂ ਦੇਖ ਲਓ ਰਾਹੁਲ ਗਾਂਧੀ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਦੀ ਨੈਟ ਵਰਥ ਜੋ ਇਨਕਮ ਹੈ ਉਹ 16 ਕਰੋੜ ਰੁਪਏ ਹੈ ਰਾਹੁਲ ਗਾਂਧੀ ਮਹੀਨੇ 'ਚ 10 ਲੱਖ ਅਤੇ ਸਾਲਾਨਾ 1 ਕਰੋੜ ਰੁਪਏ ਦੀ कमाई ਕਰਦੇ ਨੇ ਹਾਲਾਂਕਿ ਇਹ ਅੰਕੜਾ ਉਸ ਮੁਤਾਬਕ ਹਲਫਨਾਮਾ ਜੋ ਦਿੰਦੇ ਆਮ ਤੌਰ ਤੇ ਨੇਤਾ ਉਸ ਦੇ ਮੁਤਾਬਕ ਇਹ ਅੰਕੜਾ ਨਿਕਾਲ ਕੇ ਤੁਹਾਡੇ ਲਈ ਮੈਂ ਲਿਆ ਹੈ راہਲ ਗਾਂਧੀ ਦੀ ਗਿਣਤੀ ਅਮੀਰ ਰਾਜਨੀਤਕਾਂ ਦੇ ਵਿੱਚ ਹੁੰਦੀ ਹੈ ਤੇ راہਲ ਗਾਂਧੀ ਨੂੰ ਲੈ ਕੇ ਤਤਸੀ ਇਹ ਪੜਤਾਲ ਸੀ ਇਹ ਫੈਕਟ ਨਿਊਜ਼ ਦਾ ਫੈਕਟ ਚੈੱਕ ਸੀ ਜੋ ਤੁਹਾਡੇ ਤੱਕ ਪਹੁੰਚਾਉਣ ਦੀ ਮੈਂ ਕੋਸ਼ਿਸ਼ ਕੀਤੀ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੋਣਾ ਵੱਤਵਾਦ ਨੂੰ ਸ਼ੇਅਰ ਕਰੋ ਕਮੈਂਟ ਵੀ ਕਰਿਓ ਤੇ ਵੱਤਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ